दोस्तों बेनती यही है कि सानू सब नू पता है कि अब 26 तरीक है इतिहासक दिन है पंजाब के लिए है ना। सो सारे भरा अज हजूम है इतने बहुत वड्डा इकट्ठ हो जा रहे हैं। सो ये जी बेनती है जोड़े वीर चले हुए सड़कों पर उन्होंने यह हिम्मत मार के आ जाओ कि जोड़े हजे भी साढ़े भैन भरा घर बैठे है उन्होंने बेनती है कि आ जाओ यार अज हम जो अज ना आए तो फिर कदों आओगे क्योंकि जो अज घर बैठे रहे तो फिर जो असी जवाकों चलने वाले हो गए ना फिर साढ़े जवाक पूछा कर जो वो वाका होया कि फिर साढ़े ख्याल जोड़े सू लानता पागे सारत सू लानता पागी। इस करके बेनती है क्या जो मेरे भरा बन के यार सारे साढ़े बुजुर्ग भी इधर दिखा भाई सारे दिखा दे साढ़े साढ़े बुजुर्ग वे भाई साढ़े सारे चढ़ती कला आए हैं। सो इस करके आओ मेरे वीर प्लीज भाई लखा दी मैं भाई हर बोलो हर भाई गाल बकते भाई बोलो आओ आओ भाई बोलो बस वही गल है भी वेला आ गया जा किसाना ਇਹ ਸਿਸਟਮ ਦੇ ਹਲਕ ਚ ਪਾਨਾ ਖੇਤ ਤੇਰੇ ਖੂਨ ਨੂੰ ਫਿਰਦੇ ਜੋ ਤੂੰ ਪੱਧਰੇ ਕੀਤੇ ਇੰਟਰ ਨਾਲ ਇਤਲਾ ਜੱਟਾ ਖੇਤ ਤੇਰੀ ਵੇਚਾ ਪੈ ਗਿਆ ਸੈਂਟਰ ਨਾਲ। ਹਾਂ ਹਾਂ ਬਈ ਦੇਖੋ ਪਾਰਟੀਆਂ ਬਾਜ਼ਾਂ ਦੇ ਉੱਤੇ ਉੱਠ ਕੇ ਕੋਈ ਕਾਂਗਰਸੀ ਆ ਕੋਈ ਕਾਲੀ ਆ ਕੋਈ ਆਪ ਵਾਲਾ ਹੈ ਜੇ ਜ਼ਮੀਨਾਂ ਬਚਣਗੀਆਂ ਆਪਾਂ ਬਚਾਂਗੇ ਤਾਂ ਪਾਰਟੀਆਂ ਨੇ ਸਭ ਕੁਛ ਹੈ ਨਹੀਂ ਤਾਂ ਕੱਖ ਨਹੀਂ ਉਹਦਾ ਬੈਠੇ ਨੇ ਜੁੱਲੇ ਲਈ ਆਪਦੇ ਬੈਡਰੂਮਾਂ ਚ ਜਿਨ੍ਹਾਂ ਨੂੰ ਅਸੀਂ ਆਪਣੀ ਚੌਧਰ ਦਿੱਤੀ ਹੋਈ ਜੀ ਹੁਣ ਉਹਨਾਂ ਦੇ ਤਾਂ ਛਿੱਤਰ ਅੱਗੇ ਬਾਈ ਜੀ ਮਾਰਨੇ ਮਾਰਨੇ ਪਹਿਲਾਂ ਆਪਣਾ ਹੁਣ ਮੋਦੀ ਨੂੰ ਜਿਹੜੀ ਵਿਆਹੁਣ ਚੱਲੇ ਉਹਨਾਂ ਨੂੰ ਉਹ ਜੰਜ ਚੜ ਗਈ ਅੱਜ ਕਿਉਂਕਿ 2 ਮਹੀਨਿਆਂ ਤੋਂ ਤਿਆਰੀ ਚੱਲਦੀ ਸੀ ਸ਼ਾਪਿੰਗਾਂ ਚੱਲਦੀਆਂ ਸੀ ਵਿਆਹ ਦੀਆਂ ਤੇ ਅੱਜ ਤਾਂ ਹਾਲੇ 26 ਨੂੰ ਬਾਰਡਰਾਂ ਤੇ ਕੰਮ ਭੱਜ ਗਿਆ ਅੱਗੇ ਅੱਜ ਤੇ ਹੁਣ ਦਿੱਲੀ ਵਿਆਹ ਕੇ ਲਿਆਉਣੀ ਆ ਤੇ ਮੁੜ ਕੇ ਜੁੱਤੀ ਥੱਲੇ ਪਾਉਣੀ ਆ। ਆ ਜਾਓ ਬਾਈ ਆ ਜਾਓ ਮੜਾ ਜਾ। ਹਾਂ ਜੀ ਬਾਕੀ ਬਾਈਆਂ ਨੇ ਸਾਰਿਆਂ ਨੇ ਅਪੀਲ ਕਰਤੀ ਸਮੁੱਚੇ ਪੰਜਾਬੀਆਂ ਨੂੰ ਬਹੁਤ ਵਧੀਆ ਮੇਰਾ ਦਾ ਮਾਹੌਲ ਐ ਲੱਗਦਾ ਕਿ ਸਾਰਾ ਪੰਜਾਬ ਜਿਵੇਂ ਆਪਾਂ ਸਰਹੰਦ ਨੂੰ ਜਾਂਦੇ ਹੁੰਦੇ ਆ ਚਾਹ ਜਿਹੜਾ ਚਾਹ ਲੱਗਦਾ ਇੱਕ ਜਿਵੇਂ ਲੜਾਈ ਦਾ ਵੀ ਚਾਹ ਅੱਜ ਪੰਜਾਬ ਦੇ ਲੋਕਾਂ ਨੂੰ ਤੇ ਵੱਧ ਤੋਂ ਵੱਧ ਜਿੰਨੀ ਵੱਡੀ ਗਿਣਤੀ ਅੱਜ ਬਾਰਡਰਾਂ ਵੱਲ ਕੂਚ ਕਰ ਸਕਦੀ ਆ ਘਰਾਂ ਜਿਹੜੇ ਹਲੇ ਤੁਰੇ ਨਹੀਂ ਹੈਗੇ ਵੈਸੇ ਬਹੁਤ ਸਾਨੂੰ ਰਾਹ 'ਚ ਮਿਲੇ ਨੇ ਬਹੁਤ ਜ਼ਿਆਦਾ ਇਕੱਠ ਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਟਰਾਲੀਆਂ ਟਰੱਕਾਂ 'ਤੇ ਬੱਸਾਂ 'ਤੇ ਜਿਹੜੇ ਪੰਜਾਬੀ ਆ ਰਹੇ ਨੇ। ਸੋ ਬੇਨਤੀ ਕਰਦੇ ਹਾਂ ਭਰਾਵੋ ਵੱਧ ਤੋਂ ਵੱਧ ਆਪਾਂ ਦਿੱਲੀ ਜਾਣਾ ਹੈ ਤੇ ਜਿੰਨੀ ਵੱਡੀ ਗਿਣਤੀ ਹੋਊਗੀ ਜਿੰਨਾ ਵੱਡਾ ਇਕੱਠ ਹੋਊਗਾ ਉਸ ਹਿਸਾਬ ਨਾਲ ਆਪਾਂ ਦਿੱਲੀ ਪਹੁੰਚ ਸਕਦੇ ਹਾਂ। ਆ ਜਾਓ ਫਿਰ ਚੱਲਦੇ ਹਾਂ ਹਾਂ ਆ ਜਾਓ ਬਾਈ ਸਾਰਿਆਂ ਨੂੰ ਬਸ ਇਹੀ ਅਪੀਲ ਆ ਵਾਰ ਵਾਰ ਹੁਣ ਕੀ ਕਰੀਏ ਆ ਜਾਓ ਘਰਾਂ ਚਲੋ।